ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਸੁਨੀਲ ਦੱਤੀ ਦੀ ਅਗਵਾਈ ਵਿੱਚ ਚਿੱਟੇ ਦਾ ਰਾਵਣ ਸਾੜਿਆ ਗਿਆ। ਇਸ ਮੌਕੇ ਤੇ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ ਹੈ। ਸੁਨੀਲ ਦੱਤੀ ਨੇ ਕਿਹਾ ਕਿ ਸਰਕਾਰ ਨੇ ਚਿੱਟੇ ਦੇ ਰੂਪ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦਿੱਤੀ ਹੈ, ਜਿਸ ਦਾ ਹਿਸਾਬ ਕਾਂਗਰਸ ਦੀ ਸਰਕਾਰ ਬਣ ਤੇ ਲਿਆ ਜਾਵੇਗਾ। ਅੱਜ ਪੰਜਾਬ ਸਾਰਾ ਹੀ ਸਾਡਾ ਨਸ਼ੇ ਦੀ ਗ੍ਰਿਫਤ ਵਿੱਚ ਹੈ। ਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ, ਪੰਜਾਬ ਨੂੰ ਰੋਲ ਕੇ ਰੱਖ ਦਿੱਤਾ, ਔਰ ਜੋ ਚਿੱਟੇ ਦਾ ਧੰਦਾ ਅੱਜ ਪੰਜਾਬ ਦੇ ਵਿੱਚ ਹੋ ਰਿਹਾ, ਪੰਜਾਬ ਦੇ ਮੱਥੇ ਤੇ ਦਾਗ ਲਾ ਕੇ ਰੱਖ ਦਿੱਤਾ ਇਸ ਸਰਕਾਰ ਨੇ, ਅਕਾਲੀ ਭਾਜਪਾ ਨੇ। ਔਰ ਸਾਨੂੰ ਪਾਰਟੀ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਅਸੀਂ ਚਿੱਟੇ ਦਾ ਰਾਵਣ ਸਾੜਿਆ, ਔਰ ਅਸੀਂ ਇਹ ਕਹਿਣਾ ਚਾਹਾਂਗੇ ਕਿ ਇਹ ਧੰਦਾ ਬੰਦ ਹੋਣਾ ਚਾਹੀਦਾ। ਸਾਡਾ 70% ਨੌਜਵਾਨ ਨਸ਼ਈ ਹੋ ਗਿਆ। ਮੈਨੂੰ ਉਮੀਦ ਹੈ ਕਿ ਕੈਪਟਨ ਸਾਹਿਬ ਦੀ ਸਰਕਾਰ ਬਣਨ ਤੇ ਜਿਹੜਾ ਸਾਡਾ ਵਾਅਦਾ ਹੈ ਕਿ 4 ਹਫ਼ਤਿਆਂ ਦੇ ਵਿੱਚ ਕੈਪਟਨ ਸਾਹਿਬ ਨੇ ਜੋ ਕਿਹਾ ਕਿ ਨਸ਼ੇ ਨੂੰ ਅਸੀਂ ਬਿਲਕੁਲ ਖਤਮ ਕਰਨ ਤੇ ਲਾਗੇ ਪਹੁੰਚਾਂਗੇ, ਔਰ ਮੈਂ ਆਪਣੇ ਸਾਥੀਆਂ ਨਾਲ ਤੁਹਾਨੂੰ ਵਿਸ਼ਵਾਸ ਦਵਾਉਂਦਾ ਸਾਰੇ ਈਸਟ ਹਲਕੇ ਨੂੰ, ਸ਼੍ਰੋਮਣੀ ਸ਼ਹਿਰ ਅੰਮ੍ਰਿਤਸਰ ਨੂੰ, ਕਿ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਤੇ ਕੋਈ ਨਸ਼ਾ ਨਹੀਂ ਵਿਕਣ ਦੇਵਾਂਗੇ, ਇਹ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ। ਧੰਨਵਾਦ ਜੀ ਬਹੁਤ। ਅੰਮ੍ਰਿਤਸਰ ਤੋਂ ਸੋਨੂੰ ਸੋਢੀ, ਖਬਰ ਹਰਪਲ ਇੰਡੀਆ ਲਈ।